ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਪ੍ਰਵੀਨ ਕੌਰ ਫਰੋਂ ਪੱਟੀ ਫੈਮਿਲੀ ਪੰਜਾਬੀ ਬਲੌਗਸ ਤੋਂ ਕੀ ਹਾਲ ਚਾਲ ਨੇ ਜੀ ਤੁਹਾਡੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂ ਜੀ ਆਪਾਂ ਅੱਜ ਲਗਾ ਰਹੇ ਹਾਂ ਚੁੱਲ੍ਹੇ ਨੂੰ ਮਿੱਟੀ ਪਹਿਲਾਂ ਜਿਹੜੀ ਚੁੱਲ੍ਹੇ ਦੀ ਕਾਲੀ ਮਿੱਟੀ ਸੀਗੀ ਜਲੀ ਹੋਈ ਉਹ ਆਪਾਂ ਲਾਤੀ ਖੁਰਚ ਕੇ ਜੇ ਐਂਜੀ ਆਪਾਂ ਲਾ ਦਈਏ ਫਿਰ ਉਹਦੇ ਤੇ ਮਿੱਟੀ ਖੜਦੀ ਨਹੀਂ ਹੈਗੀ ਬਹੁਤ ਜਲਦੀ ਟੁੱਟ ਕੇ ਝੜੀ ਜਾਂਦੀ ਹੈ ਵੈਸੇ ਤਾਂ ਮਿੱਟੀ ਦੇ ਵਿੱਚ ਗਲੀ ਹੀ ਤੂੜੀ ਪਾਈ ਜਾਂਦੀ ਆ ਪਰ ਆਪਣੇ ਗਲੀ ਹੀ ਤੂੜੀ ਹੈ ਨਹੀਂ ਸੀਗੀ ਮੋਟੀ-ਮੋਟੀ ਤੂੜੀ ਆ ਬਹੁਤ ਇਹ ਦੇਖਣ ਨੂੰ ਮਿੱਟੀ ਸੋਹਣੀ ਤਾਂ ਲੱਗਦੀ ਨਹੀਂ ਹੈਗੀ ਪਰ ਹੁਣ ਲਾਉਣੀ ਤਾਂ ਹੈਗੀ ਆ ਇਹ ਛੋਟਾ ਚੁੱਲਾ ਆਪਾਂ ਬਿੜੇ 'ਚ ਰੱਖਿਆ ਹੋਇਆ ਵੈਸੇ ਜਿਆਦਾ ਵਰਤੋਂ ਤਾਂ ਇਹਦੀ ਹੈ ਨਹੀਂਗੀ ਪਰ ਫੇਰ ਵੀ ਸਮਾਰਿਆ ਹੋਈ ਜਿਆਦਾ ਚੀਜ਼ ਵਧੀਆ ਲੱਗਦੀ ਆ ਹੁਣ ਮੈਂ ਲਾ ਰਹੀਆਂ ਡੂਢਣੇ ਪਹਿਲਾਂ ਤਾਂ ਵੈਸੇ ਲੱਗੇ ਨਹੀਂ ਸੀ ਓਏ ਫਿਰ ਮੈਂ ਕਿਹਾ ਹੁਣ ਸਿਆਲ ਆ ਕੇ ਫਿਰ ਖੋਆ-ਖੋਆ ਵੀ ਕੱਢਣਾ ਹੁੰਦਾ ਫਿਰ ਤੇ ਕੜਾਹੀ ਉੱਤੇ ਅੰਦਰ ਔਖਾ ਲੱਗਦਾ ਥੋੜਾ ਚੁੱਲੇ ਦੇ ਅੰਦਰ ਬਾਹਰ ਠੀਕ ਲੱਗਦਾ ਖੁੱਲੇ ਅੱਗ ਜਲਦੀ ਆ ਨਾਲੇ ਕਈ ਵਾਰ ਲੋਡ ਪੈ ਜਾਂਦੀ ਹੈ ਤਵੀ ਤੇ ਰੋਟੀ ਬਣਾਉਣ ਦੀ ਫਿਰ ਉੱਪਰ ਤਵੀ ਨੂੰ ਸੇਕ ਲੱਗ ਜਾਂਦਾ ਡੂਡਣਿਆਂ ਦੇ ਨਾਲ ਨਹੀਂ ਛੋਟੇ ਚੁੱਲੇ ਤੇ ਲੱਗਦਾ ਨਹੀਂ ਹੈਗਾ ਹੁਣ ਆਪਾਂ ਲਾ ਰਹੇ ਗੋਹਾ ਮਿੱਟੀ ਇਹ ਬਾਅਦ ਵਿੱਚ ਫਿਰ ਗੋਹਾ ਮਿੱਟੀ ਫੇਰਦੇ ਆਪਾਂ ਤੂੜੀ ਮਿੱਟੀ ਲਾ ਕੇ ਹੁਣ ਫਾਈਨਲ ਲੁੱਕ ਦੇਤੀ ਆਪਾਂ ਪਾੰਡੂ ਫੇਰਤਾ ਆਮੰਦਰ ਵਾਲੇ ਚੱਲੇ ਨੇ ਵੀ ਮੈਂ ਕਿਹਾ ਲਾਦਮਾ ਜ਼ਿਆਦਾ ਟੁੱਟਿਆ ਤਾਂ ਹੋਇਆ ਨਹੀਂ ਸੀ ਵੈਸੇ ਇਹ ਪਰ ਵਰਤੋਂ ਚ ਹੀ ਜ਼ਿਆਦਾ ਆਉਂਦਾ ਅੱਜ ਲਈ ਇੰਨਾ ਹੀ ਜੀ ਫਿਰ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ